ਟਿਵਾਣਾ ਰੇਡੀਓ ਦੇ ਸਤਿਕਾਰਯੋਗ ਸ਼ਰੋਤੇ ਹੋ, ਤੁਹਾਡੀ ਪੇਸ਼ੇ ਨਜ਼ਰ ਹੈ ਇੱਕ ਲੋਕ ਕਹਾਣੀ ਜਾਂ ਬਾਤ ਕਹਿ ਲਈਏ ਬਾਤਾਂ ਦੇ ਇਸ ਪੰਜਾਬ ਦੀਆਂ 'ਚੋਂ। ਮੇਰੀ ਬਾਤ ਹੈ ਅੱਜ ਦੀ ਚਿੰਗਣ ਮਿੰਗਣ। ਇੱਕ ਬਿੱਲੀ ਸੀ ਬੜੀ ਨਖਰੇਲੋ, ਕਿਸੇ ਨੂੰ ਨੱਕ ਥੱਲੇ ਨਹੀਂ ਸੀ ਲਿਆਉਂਦੀ। ਜਦੋਂ ਉਹ ਖੂਬ ਜਵਾਨ ਹੋਈ ਤਾਂ ਉਸਨੇ ਆਪਣਾ ਘਰ ਵਸਾਉਣਾ ਚਾਹਿਆ, ਪਰ ਕੋਈ ਬਿੱਲਾ ਉਸ ਬਿੱਲੀ ਨਾਲ ਵਿਆਹ ਕਰਾਉਣ ਲਈ ਰਾਜ਼ਾਮੰਦ ਨਾ ਹੋਇਆ। ਇੱਕ ਦਿਨ ਬਿੱਲੀ ਨੂੰ ਪਤਾ ਨਹੀਂ ਕਿ ਸੁੱਝਿਆ, ਉਹ ਨਹਾ ਧੋ ਕੇ ਸਿਰ ਗੁੰਦ ਕੇ ਫਿਰ ਛੱਪੜ ਦੇ ਨੇੜੇ ਇੱਕ ਪਿੱਪਲ ਹੇਠਾਂ ਜਾ ਬੈਠੀ। ਝੱਟ ਕੁ ਮਗਰੋਂ ਉੱਥੋਂ ਇੱਕ ਪੰਸਾਰੀ ਲੰਘਿਆ ਜਿਸ ਕੋਲ ਮਿਸ਼ਰੀ ਦੀ ਭਰੀ ਬੋਰੀ ਸੀ। ਸੋ ਬੋਰੀ ਉਸਨੇ ਇੱਕ ਪਾਸੇ ਰੱਖ ਦਿੱਤੀ, ਹੱਥ ਮੂੰਹ ਧੋਤਾ, ਫਿਰ ਆਰਾਮ ਕਰਨ ਲਈ ਪਿੱਪਲ ਹੇਠ ਲੇਟ ਗਿਆ। ਕਿਉਂਕਿ ਅੱਗੇ ਲੋਕ ਜਿਹੜੇ ਨਾ ਛੱਪੜਾਂ 'ਚੋਂ ਪਾਣੀ ਵੀ ਪੀ ਲੈਂਦੇ ਸੀ, ਛੱਪੜ ਸਾਫ਼ ਸੁਥਰੇ ਹੁੰਦੇ ਸੀ, ਲੋਕ ਉਹਨਾਂ 'ਚ ਗੰਦ ਨਹੀਂ ਸੀ ਪਾਉਂਦੇ, ਅਤੇ ਪਾਣੀ ਦਾ ਸੋਮਾ ਛੱਪੜ ਹੀ ਹੁੰਦੇ ਸੀਗੇ, ਅਤੇ ਨਹਾਉਂਦੇ ਤਾਂ ਉਹਨਾਂ 'ਚ ਹੁੰਦੇ ਸੀ, ਗੰਦਿਆ ਨਹੀਂ ਸੀ ਉਹਨੂੰ ਕਰਦੇ ਕਿਸੇ ਵੀ ਤਰ੍ਹਾਂ। ਸੋ ਉਸ ਪੰਸਾਰੀ ਦੀ ਨਜ਼ਰ ਅਚਾਨਕ ਬਿੱਲੀ 'ਤੇ ਪਈ। ਉਸਨੂੰ ਸੱਜੀ ਸ਼ਿੰਗਾਰੀ ਵੇਖ ਕੇ ਪੰਸਾਰੀ ਕਹਿਣ ਲੱਗਾ, ਬਿੱਲੀ ਮਾਸੀ ਤੂੰ ਅੱਜ ਕਿਵੇਂ ਮਿੰਡੀਆਂ ਗੁੰਦੀ ਬੈਠੀ ਹੈ? ਮੈਂ ਪਹਿਲਾਂ ਤੈਨੂੰ ਮਿਸ਼ਰੀ ਦੀਆਂ ਦੋ ਚਾਰ ਡਲੀਆਂ ਦੇ ਦਿਆਂ। ਕਹਿੰਦੀ ਪਹਿਲਾਂ ਮੈਨੂੰ ਮਿਸ਼ਰੀ ਦੀਆਂ ਦੋ ਚਾਰ ਡਲੀਆਂ ਦੇ, ਫਿਰ ਦੱਸਾਂਗੀ ਕਿ ਮੈਂ ਕਿਉਂ ਬੈਠੀ ਹਾਂ। ਸੋ ਪੰਸਾਰੀ ਨੇ ਥੋੜ੍ਹੀ ਜਿਹੀ ਮਿਸ਼ਰੀ ਬਿੱਲੀ ਨੂੰ ਦਿੱਤੀ ਕਿ ਹੁਣ ਦੱਸ ਗੱਲ ਕੀ ਹੈ। ਬਿੱਲੀ ਨੇ ਮਿਸ਼ਰੀ ਦੀਆਂ ਡਲੀਆਂ ਸਾਹਮਣੇ ਆਖਿਆ ਕਿ ਅੱਜ ਮੇਰਾ ਮੰਗਣਾ, ਕੱਲ੍ਹ ਮੇਰਾ ਵਿਆਹ, ਆਉਣਗੇ ਜਨੇਤੀ ਅਤੇ ਖਾਣਗੇ ਪਲਾਅ, ਜਾਣੀ ਕਿ ਚੌਲ। ਪੰਸਾਰੀ ਮੁਸਕਰਾਉਂਦਾ ਹੋਇਆ ਉੱਥੋਂ ਚਲਿਆ ਗਿਆ। ਥੋੜ੍ਹੀ ਦੇਰ ਬਾਅਦ ਇੱਕ ਹਟਵਾਣੀਆ ਉੱਥੋਂ ਲੰਘਿਆ ਜਿਸ ਕੋਲ ਚੌਲਾਂ ਦੀ ਬੋਰੀ ਸੀ। ਛੱਪੜ ਦੇ ਕੰਢੇ ਉਸਨੇ ਬੋਰੀ ਰੱਖੀ ਅਤੇ ਆਰਾਮ ਕਰਨ ਲੱਗਾ, ਅਤੇ ਜਦੋਂ ਪਿੱਪਲ ਹੇਠ ਬੈਠਾ ਤਾਂ ਉਸਦੀ ਨਜ਼ਰ ਬਿੱਲੀ 'ਤੇ ਪਈ ਜੋ ਐਨ ਸਜੀ ਸੁਮਰੀ ਬੈਠੀ ਸੀ। ਅਤੇ ਹਟਵਾਣੀਏ ਨੇ ਬਿੱਲੀ ਨੂੰ ਪੁੱਛਿਆ, ਬਿੱਲੀ ਮਾਸੀ ਅੱਜ ਤੂੰ ਵਾਲ ਗੁੰਦਾਏ ਹੋਏ ਨੇ, ਅੱਖਾਂ 'ਚ ਸੁਰਮਾ ਪਾਇਆ ਹੋਇਆ, ਮਟਕਾ ਰਹੀ ਹਾਂ, ਵਾਰ ਵਾਰ ਸ਼ੀਸ਼ਾ ਵੇਖਦੀ ਪਈ ਹਾਂ, ਕੀ ਲੋੜ ਆ ਗਿਆ? ਬਿੱਲੀ ਕਹਿੰਦੀ ਪਹਿਲਾਂ ਮੈਨੂੰ ਥੋੜ੍ਹੇ ਜਿਹੇ ਚਾਵਲ ਦੇ, ਫਿਰ ਮੈਂ ਦੱਸਾਂਗੀ। ਸੋ ਹਟਵਾਣੀ ਨੇ ਬਿੱਲੀ ਨੂੰ ਕੁਝ ਚਾਵਲ ਦੀਆਂ ਮੁੱਠਾਂ ਦਿੱਤੀਆਂ, ਅਤੇ ਬਿੱਲੀ ਅੱਖਾਂ ਮਟਕਾਉਂਦੀ ਹੋਈ ਕਹਿਣ ਲੱਗੀ, ਅੱਜ ਮੇਰਾ ਮੰਗਣਾ ਅਤੇ ਕੱਲ੍ਹ ਮੇਰਾ ਵਿਆਹ, ਆਉਣਗੇ ਜਨੇਤੀ ਅਤੇ ਖਾਣਗੇ ਪਲਾਹ। ਅਤੇ ਹਟਵਾਣੀਆਂ ਵੀ ਨਿੰਮਾ ਨਿੰਮਾ ਮੁਸਕਰਾਉਂਦਾ ਉੱਥੋਂ ਚਲਾ ਗਿਆ। ਝੱਟ ਕੁ ਮਗਰੋਂ ਜਲਾਹਾ ਕੱਪੜਿਆਂ ਦੀ ਪੰਡ ਚੁੱਕੀ ਉੱਥੋਂ ਲੰਘਿਆ। ਉਸਨੇ ਪੰਡ ਇੱਕ ਪਾਸੇ ਰੱਖੀ ਅਤੇ ਪਿੱਪਲ ਦੇ ਹੇਠਾਂ ਉਹ ਥੱਕਿਆ ਹੋਇਆ ਸੀ ਸੁਸਤਾਉਣ ਲੱਗਾ। ਅਚਾਨਕ ਜਦੋਂ ਉਸਦੀ ਨਜ਼ਰ ਬਿੱਲੀ 'ਤੇ ਪਈ ਤਾਂ ਉਸਨੂੰ ਸਜੀ ਸੰਗਰੀ ਵੇਖ ਕੇ ਉਸਨੇ ਪੁੱਛਿਆ, ਬਿੱਲੀ ਮਾਸੀ ਅੱਜ ਕਿਵੇਂ ਸਜ ਧਜ, ਕਿੱਧਰ ਚੱਲੀ ਹੈ? ਅਤੇ ਬਿੱਲੀ ਫਿਰ ਉਹੀ ਸਵਾਲ ਪਾਤਾ, ਕਹਾਣੀ ਪਾਤੀ ਬਿੱਲੀ ਨੇ। ਕਹਿੰਦੀ ਪਹਿਲਾਂ ਥੋੜ੍ਹਾ ਜਿਹਾ ਕੱਪੜਾ ਦੇ, ਫਿਰ ਮੈਂ ਦੱਸਾਂਗੀ ਮੇਰੇ ਸੱਜਣ ਦਾ ਕਾਰਨ ਕੀ ਹੈ। ਅਤੇ ਜੁਲਾਹੇ ਨੇ ਥੋੜ੍ਹਾ ਜਿਹਾ ਕੱਪੜਾ ਉਸਨੂੰ ਦਿੱਤਾ, ਅਤੇ ਬਿੱਲੀ ਅੱਖਾਂ ਮਟਕਾਉਂਦੀ ਫਿਰ ਮੁਸ਼ਮੁਸ਼ ਕਰਦੀ ਕਹਿਣ ਲੱਗੀ, ਚੋਲੀ ਲਹਿੰਗਾ ਸਲਾਵਾਂਗੀ, ਆਪਣਾ ਵਿਆਹ ਰਚਾਵਾਂਗੀ। ਸੋ ਜੁਲਾਹਾ ਮੁਸਕਰਾਉਂਦਾ ਹੋਇਆ ਅੱਗੇ ਚਲਾ ਗਿਆ। ਥੋੜ੍ਹੀ ਦੇਰ ਬਾਅਦ ਇੱਕ ਬਿੱਲਾ ਆ ਗਿਆ, ਅਤੇ ਵਹੁਟੀ ਵਾਂਗ ਸ਼ਿੰਗਰੀ, ਲਾੜੀ ਵਾਂਗ ਸ਼ਿੰਗਾਰੀ ਬਿੱਲੀ ਨੂੰ ਵੇਖ ਕੇ ਉਸਨੇ ਪੁੱਛਿਆ, ਰਾਣੋ ਕਿਵੇਂ ਆ, ਕੀ ਗੱਲ ਹੈ, ਅੱਜ ਬੜੇ ਵਾਲ ਗੰਦਾਏ ਨੇ, ਅੱਖਾਂ 'ਚ ਕਜਲਾ ਪਾਇਆ, ਮਟਕਾ ਰਹੀ ਹੈ, ਕਿੱਡੀ ਸੋਹਣੀ ਵੀ ਲੱਗਦੀ ਹੈ, ਕਿਸ ਭਗਵਾਨ ਨੂੰ ਉਡੀਕ ਰਹੀ ਹੈ? ਬਿੱਲੀ ਨੇ ਝਿਜਕੋ ਕੇ ਕਹਿਣ ਲੱਗੀ, ਤੈਨੂੰ, ਤੂੰ ਮੇਰੇ ਨਾਲ ਵਿਆਹ ਕਰਾਏਗਾ? ਬਿੱਲੀ ਦੀਆਂ ਬਾਛਾਂ ਖਿੜ ਗਈਆਂ, ਅਤੇ ਕਹਿੰਦਾ ਅੱਜ ਤੂੰ ਕਿੱਡੀ ਸੋਹਣੀ ਪਈ ਲੱਗਦੀ ਆ, ਤੇਰੇ ਨਾਲ ਵਿਆਹ ਕੌਣ ਨਹੀਂ ਕਰਾਏਗਾ? ਸੋ ਬਿੱਲੀ ਅਤੇ ਬਿੱਲੇ ਨੇ ਵਿਆਹ ਕਰਾ ਲਿਆ। ਫਿਰ ਉਹ ਜੰਗਲ ਦੇ ਨੇੜੇ ਘਰ ਬਣਾ ਕੇ ਰਹਿਣ ਲੱਗੇ। ਦਿਨ ਲੰਘਦੇ ਗਏ, ਬਿੱਲੀ ਦੇ ਘਰ ਚਾਰ ਬਲੂੰਗੜੇ ਜੰਮੇ, ਅਤੇ ਬਿੱਲੀ ਨੇ ਉਹਨਾਂ ਦਾ ਨਾਂ ਚਿੰਗਣ ਮਿੰਗਣ ਇੰਗਣ ਅਤੇ ਸ਼ਿੰਗਣ ਰੱਖੇ। ਉਹ ਇੱਦਾਂ ਦਾ ਸਾਦਾ ਜਿਹਾ ਨਾਂ ਰੱਖਦੇ ਹੁੰਦੇ ਸੀ, ਕਿ ਹੋਰ ਵੀ ਹੁੰਦੀ ਸੀ ਖੇਡ, ਇੰਗਣ ਮਿੰਗਣ ਤਲੀ ਤਲੀਂਗਣ, ਹੈ ਨਾ? ਖੈਰ, ਸੋ ਉਹਨਾਂ ਦੇ ਨਾਂ ਚਾਰਾਂ ਦੇ ਚਿੰਗਣ ਮਿੰਗਣ ਇੰਗਣ ਅਤੇ ਸ਼ਿੰਗਣ ਰੱਖੇ। ਅਤੇ ਬਿੱਲਾ ਇੱਕ ਦਿਨ ਬੱਚਿਆਂ ਵਾਸਤੇ ਖਾਣ ਪੀਣ ਦਾ ਸਮਾਨ ਖਰੀਦਣ ਸ਼ਹਿਰ ਵੱਲ ਨੂੰ ਗਿਆ ਕਿ ਉੱਥੋਂ ਸ਼ਾਇਦ ਕੋਈ ਅੱਛੀ ਚੀਜ਼ ਮਿਲ ਜੇ। ਸੋ ਉੱਥੋਂ ਉਸਨੂੰ ਇੱਕ ਸ਼ਹਿਰੀ ਬਿੱਲੀ ਨੇ ਅਜਿਹੀ ਡੋਰੀ ਪਾਈ ਕਿ ਉਹ ਬਿੱਲਾ ਸ਼ਹਿਰ ਵਾਲੀ ਬਿੱਲੀ 'ਤੇ ਹੀ ਸੈਂਟੀ ਹੋ ਗਿਆ ਭਾਈ, ਉਹਨੇ ਉੱਥੇ ਹੀ ਘਰ ਵਸਾ ਲਿਆ, ਮੋਹਿਤ ਹੋ ਗਿਆ।
ਕਿਉਂਕਿ ਪਿੰਡ ਦੀ ਕੁੜੀ ਅਤੇ ਸ਼ਹਿਰ ਦੀ ਚਿੜੀ ਕਹਿੰਦੇ ਇੱਕ ਬਰਾਬਰ ਹੁੰਦੀਆਂ ਨੇ, ਜਾਣੀ ਚੁਸਤ ਹੁੰਦੀਆਂ ਨੇ ਸ਼ਹਿਰਾਂ ਵਾਲੇ ਜਾਨਵਰ। ਇਹ ਕੁਦਰਤੀ ਵੀ ਹੈ ਕਿਉਂਕਿ ਪਿੰਡਾਂ 'ਚ ਸਾਦੀ ਮੁਰਾਦੀ ਲਾਈਫ ਹੈ ਅਤੇ ਕੋਈ ਬਹੁਤਾ ਉਹ ਨਹੀਂ ਹੈ, ਅਤੇ ਸ਼ਹਿਰਾਂ 'ਚ ਬੜੇ ਸੱਤ ਕੋਠੇ ਟੱਪਣੇ ਪੈਂਦੇ ਨੇ, ਅਤੇ ਉਹ ਕੁਦਰਤੀ ਹੈ। ਸ਼ਹਿਰ ਦੇ ਜਾਨਵਰ ਤੁਸੀਂ ਵੇਖੋ, ਸ਼ਹਿਰ ਦੇ ਨਿਆਣੇ ਤੁਸੀਂ ਵੇਖੋ, ਆ ਜਿਹੜੇ ਬੱਚੇ ਸੜਕਾਂ 'ਤੇ ਕੁਛ ਮੰਗਦੇ ਨੇ ਜਾਂ ਰੁਜ਼ਗਾਰ ਕਰਦੇ ਨੇ, ਉਹ ਮਿੰਟ 'ਚ ਪਾਰ ਕਰਕੇ ਸੜਕ ਹੋ ਜਾਂਦੇ ਨੇ, ਅਤੇ ਆਮ ਬੰਦਿਆਂ ਨੂੰ ਤੁਸੀਂ ਉਂਗਲ ਫੜ ਕੇ ਵੀ ਨਹੀਂ ਪਾਰ ਕਰਾ ਸਕਦੇ ਨਿਆਣਿਆਂ ਨੂੰ। ਸੋ ਕੁਦਰਤੀ ਸ਼ਹਿਰ ਦੀ ਲਾਈਫ ਦਾ ਅਤੇ ਪਿੰਡਾਂ ਦੀ ਸਾਦੀ ਮੁਰਾਦੀ ਲਾਈਫ ਦਾ ਫਰਕ ਹੁੰਦਾ। ਖੈਰ, ਸੋ ਉਹ ਬਿੱਲਾ ਸ਼ਹਿਰ ਗਿਆ ਤਾਂ ਨਿਆਣਿਆਂ ਵਾਸਤੇ ਸਮਾਨ ਖਰੀਦਣ ਸੀ, ਚਾਰ ਬਲੂੰਗੜਿਆਂ ਲਈ, ਕਬੀਲਦਾਰੀ ਤੋਂ ਡਰਦਾ ਭੱਜ ਗਿਆ ਅਤੇ ਸ਼ਹਿਰ ਨੂੰ ਬਿੱਲੀ ਦੇ ਚੱਕਰਾਂ 'ਚ ਪੈ ਗਿਆ। ਹੈਂ, ਇਹਨੂੰ ਵੀ ਕਿਧਰੋਂ ਰੂਸਾ ਲੱਭ ਗਈ। ਖੈਰ, ਬਿੱਲਾ ਇੱਕ ਦਿਨ ਬੱਚਿਆਂ ਦੇ ਵਾਸਤੇ ਜਦੋਂ ਉਸ ਸਮਾਨ ਨੂੰ ਖਰੀਦਣ ਗਿਆ, ਉਸ ਸ਼ਹਿਰੀ ਬਿੱਲੀ ਦੇ ਚੱਕਰ 'ਚ ਪਿਆ ਅਤੇ ਮੁੜ ਕੇ ਨਾ ਪਰਤਿਆ। ਸੋ ਬਿੱਲੀ ਵਿਚਾਰੀ ਨੇ ਇਕੱਲੀ ਕਾਰੀ ਬੜੀ ਮੁਸ਼ਕਲ ਨਾਲ ਬੱਚੇ ਸੰਭਾਲਣੇ ਸ਼ੁਰੂ ਕੀਤੇ, ਉਹਨਾਂ ਦੇ ਲਈ ਸ਼ਿਕਾਰ ਮਾਰ ਕੇ ਲਿਆਉਂਦੀ, ਉਹਨਾਂ ਦੀ ਰਾਖੀ ਕਰਦੀ, ਚਾਰ ਚੁਫੇਰੇ ਕੁੱਤੇ ਸੀ, ਬੜਾ ਕੁਛ ਸੀ, ਅਤੇ ਘਰ ਦੀ ਚੁਫੇਰਿਓਂ ਕਿਲੇਬੰਦੀ ਕੀਤੀ ਅਤੇ ਇੱਕ ਰਸਤਾ ਰੱਖ ਕੇ ਉਸਨੇ ਭਿੱਤ ਲਗਾ ਦਿੱਤੇ, ਜਿਹਨੂੰ ਦਰਵਾਜ਼ਾ ਕਹਿੰਦੇ ਆ। ਜਦੋਂ ਬਿੱਲੀ ਬਾਹਰ ਜਾਂਦੀ ਤਾਂ ਬੱਚੇ ਅੰਦਰੋਂ ਭਿੱਤ ਬੰਦ ਕਰ ਲੈਂਦੇ, ਜਦੋਂ ਵਾਪਸ ਆਉਂਦੀ ਤਾਂ ਉਹ ਮਿੱਠੀ ਜੀ ਸੁਰ ਦੇ ਵਿੱਚ ਇਹ ਲੋਰੀ ਗੁਣਗੁਣਾਉਂਦੀ, ਈਂਗਣੇ ਮੀਂਗਣੇ ਮਾਂ ਬਲਿਹਾਰੇ, ਘੋਲ ਘਮਾਈਆਂ ਚੀਂਗਣੇ ਛਿੰਗਣੇ, ਮਾਂ ਦੇ ਜਾਈਏ ਵਾਰੇ ਵਾਰੇ ਕੁੰਡਾ ਖੋਲ। ਅਤੇ ਬੱਚੇ ਇਹ ਸੁਣ ਕੇ, ਲੋਰੀ ਸੁਣ ਕੇ ਉਹ ਭਿੱਤ ਖੋਲ ਦਿੰਦੇ, ਉਹਨਾਂ ਨੂੰ ਪਤਾ ਲੱਗਦਾ ਕਿ ਮਾਂ ਦੀ ਆਵਾਜ਼ ਹੈ। ਦਿਨ ਲੰਘਦੇ ਗਏ, ਇੱਕ ਵਾਰੀ ਬਿੱਲੀ ਜਦੋਂ ਲੋਰੀ ਗੁਣਗੁਣਾ ਰਹੀ ਸੀ ਤਾਂ ਇੱਕ ਗਿੱਦੜ ਵੱਡੀ ਸਾਰੀ ਝਾੜੀ ਦੇ ਉਲੇ ਛੁਪਿਆ ਬੈਠਾ ਸੀ। ਉਹਨੂੰ ਪਤਾ ਸੀ ਕਿ ਇੱਥੇ ਬਿੱਲੀ ਦਾ ਘੁਰਨਾ ਆ। ਉਹਨੂੰ ਸਮਝ ਆ ਗਈ ਕਿ ਬੱਚੇ ਲੋਰੀ ਦਾ ਸੁਣ ਕੇ ਭਿੱਤ ਖੋਲ ਦਿੰਦੇ ਨੇ, ਅਤੇ ਗਿੱਦੜ ਨੇ ਤਿੰਨ ਵਾਰੀ ਛੁਪ ਕੇ ਸਾਰਾ ਦ੍ਰਿਸ਼ ਵੇਖਿਆ ਅਤੇ ਲੋਰੀ ਚੰਗੀ ਤਰ੍ਹਾਂ ਯਾਦ ਕਰ ਲਈ। ਇੱਕ ਦਿਨ ਜਦੋਂ ਬਿੱਲੀ ਬੱਚਿਆਂ ਦੇ ਵਾਸਤੇ ਖਾਣਾ ਲੈਣ ਲਈ ਬਾਹਰ ਗਈ ਤਾਂ ਗਿੱਦੜ ਹਾਬੜਿਆ ਹੋਇਆ ਆਇਆ ਅਤੇ ਉਸ ਦੇ ਘਰ ਪੁੱਜਾ ਬਿੱਲੀ ਦੇ ਘੁਰਨੇ 'ਤੇ, ਭਿੱਤ ਕੋਲ ਖੜ੍ਹਾ ਹੋ ਕੇ ਮਿੱਠੀ ਸਿਰ ਦੇ ਵਿੱਚ ਮਿੱਠੀ ਸੁਰ 'ਚ ਲੋਰੀ ਸੁਣਾਉਣ ਲੱਗਾ। ਕਹਿੰਦਾ, ਈਂਗਣੇ ਮੀਂਗਣੇ ਮਾਂ ਬਲਿਹਾਰੇ, ਘੋਲ ਕਮਾਈਆਂ ਚੀਂਗਣੇ ਛਿੰਗਣੇ, ਮਾਂ ਬਲਿਹਾਰੇ ਕੁੰਡਾ ਖੋਲ। ਅਤੇ ਬੱਚਿਆਂ ਨੇ ਸਮਝਿਆ ਕਿ ਉਹਨਾਂ ਦੀ ਮਾਂ ਲੋਰੀ ਗੁਣਗੁਣਾ ਰਹੀ ਆ, ਅਤੇ ਉਹਨਾਂ ਨੇ ਝੱਟ ਭਿੱਤ ਖੋਲ ਦਿੱਤਾ। ਸੋ ਗਿੱਦੜ ਨੇ ਲੱਭ ਕੇ ਦੋ ਬਲੂੰਗੜੇ ਅਗਲੇ ਪੰਜਿਆਂ ਹੇਠ ਦਬਾ ਲਏ, ਚੀਂਗਣ ਅਤੇ ਛਿੰਗਣ ਦੋ ਬਲੂੰਗੜੇ ਜਾਨ ਬਚਾ ਕੇ ਚੱਕੀ ਦੇ ਉੱਲੇ ਜਾ ਛੁਪੇ। ਗਿੱਦੜ ਬਾਕੀ ਦੋਹਾਂ ਬਲੂੰਗੜਿਆਂ ਨੂੰ ਦਬੋਚ ਕੇ ਨੱਠ ਗਿਆ ਅਤੇ ਛੱਪੜ ਕੰਢੇ ਬੈਠ ਕੇ ਖਾ ਗਿਆ। ਜਦੋਂ ਬਿੱਲੀ ਆਈ ਤਾਂ ਉਸਨੇ ਵੇਖਿਆ ਕਿ ਉਸਦੇ ਦੋ ਬਲੂੰਗੜੇ ਇੰਗਣ ਅਤੇ ਮਿੰਗਣ ਨਹੀਂ ਸੀ ਨਜ਼ਰ ਆਉਂਦੇ, ਅਤੇ ਫਿਰ ਜਦੋਂ ਬਿੱਲੀ ਨੇ ਘਬਰਾਈ ਹੋਈ ਨੇ ਅੱਗੇ ਵੇਖਿਆ ਤਾਂ ਚਿੰਗਣ ਅਤੇ ਛਿੰਗਣ ਜਿਹੜੇ ਬਾਕੀ ਬਚਦੇ ਦੋ ਬਲੂੰਗੜੇ ਸੀ ਉਹ ਵਿਚਾਰੇ ਘਬਰਾਏ ਬੈਠੇ, ਅਤੇ ਉਹਨਾਂ ਨੇ ਸਾਰੀ ਦਾਸਤਾਂ ਆਪਣੀ ਦੱਸੀ। ਅਤੇ ਬਿੱਲੀ ਕੋਲ ਰੋਣ ਹਾਕੇ ਹੋਣ ਦੇ ਸਿਵਾਏ ਕੋਈ ਚਾਰਾ ਨਹੀਂ ਸੀ, ਸਬਰ ਦਾ ਘੁੱਟ ਭਰ ਕੇ ਚੁੱਪ ਕਰ ਗਈ। ਸਾਰਾ ਦਿਨ ਆਪਣੇ ਬਲੂੰਗੜਿਆਂ ਨੂੰ ਯਾਦ ਕਰਕੇ ਹੌਂਕੇ ਭਰਦੀ ਰਹੀ, ਠੰਡੇ ਦਿਲ ਨਾਲ ਸੋਚਦੀ ਕਿ ਗਿੱਦੜ ਤੋਂ ਕਿਵੇਂ ਬਦਲਾ ਲਵੇ। ਦੋ ਕੁ ਦਿਨ ਜਦੋਂ ਲੰਘੇ ਤਾਂ ਗਿੱਦੜ ਦੀ ਰੋਟੀ ਉਹ ਗਿੱਦੜ ਨੂੰ ਰੋਟੀ ਵਾਸਤੇ ਆਖਣਗੀ ਕਿ ਵੀਰ ਜੰਗਲ ਦੇ ਵਿੱਚ ਇਕੱਠਿਆਂ ਰਹਿਣਾ, ਕਿਉਂ ਨਾ ਭੈਣਾਂ ਭਰਾਵਾਂ ਵਾਂਗ ਰਹੀਏ, ਜੋ ਹੋ ਗਿਆ ਸੋ ਹੋ ਗਿਆ, ਆਪਾਂ ਜਾਣੀ ਕਿ ਰਾਜ਼ੀਨਾਮਾ ਕਰ ਲਈਏ। ਗਿੱਦੜ ਵੀ ਚਾਹੁੰਦਾ ਸੀ ਕਿ ਬਿੱਲੀ ਨਾਲ ਦੋਸਤੀ ਕਰ ਲਏ, ਪਰ ਉਹਦੀ ਨੀਤ ਸਾਫ਼ ਨਹੀਂ ਸੀ, ਉਹ ਦੋਸਤੀ ਦੀ ਆੜ ਦੇ ਵਿੱਚ ਉਸਦੇ ਬਾਕੀ ਦੋ ਬਲੂੰਗੜੇ ਵੀ ਖਾਣਾ ਚਾਹੁੰਦਾ ਸੀ। ਸੋ ਗਿੱਦੜ ਨੇ ਬਿੱਲੀ ਦਾ ਨਿਉਤਾ ਕਬੂਲ ਕਰ ਲਿਆ। ਘਰ ਆ ਕੇ ਬਿੱਲੀ ਨੇ ਵੱਡਾ ਸਾਰਾ ਟੋਆ ਪੁੱਟਿਆ ਅਤੇ ਉਸ ਉੱਤੇ ਵੱਡਾ ਸਾਰਾ ਟੀਨ ਦਾ ਤਵਾ ਟਿਕਾ ਦਿੱਤਾ। ਜਦੋਂ ਗਿੱਦੜ ਦੇ ਆਉਣ ਦਾ ਵੇਲਾ ਹੋਇਆ ਤਾਂ ਅੱਗ ਬਾਲ ਕੇ ਤਵਾ ਗਰਮ ਕਰ ਲਿਆ, ਅਤੇ ਤਵਾ ਤਪ ਗਿਆ ਅਤੇ ਉੱਪਰ ਮਿੱਟੀ ਦਾ ਪੋਚਾ ਦੇ ਕੇ ਚਾਦਰ ਵਿਛਾ ਦਿੱਤੀ। ਅਤੇ ਜਦੋਂ ਗਿੱਦੜ ਰੋਟੀ ਖਾਣ ਆਇਆ ਤਾਂ ਉਹ ਬੜੇ ਆਦਰ ਨਾਲ ਉਸਨੂੰ ਤਵੇ 'ਤੇ ਬਿਠਾ ਦਿੱਤਾ। ਤਵਾ ਗਰਮ ਸੀ ਅਤੇ ਗਿੱਦੜ ਬੈਠ 'ਤੇ ਸਾਰ ਉਛਲਿਆ, ਹੇਠੋਂ ਤਵਾ ਨਿਕਲ ਗਿਆ ਅਤੇ ਗਿੱਦੜ ਅੱਗ ਦੇ ਵਿੱਚ ਡਿੱਗ ਕੇ ਪੁੱਜ ਗਿਆ, ਅਤੇ ਬਿੱਲੀ ਨੇ ਆਪਣਾ ਬਦਲਾ ਲੈ ਲਿਆ। ਸੋ ਇਹ ਸੀ ਲੋਕ ਕਹਾਣੀ
ਚਿੰਗਣ ਮਿੰਗਣ। ਹੁਣ ਇਸ ਦੇ ਵਿੱਚ ਜਿਹੜਾ ਲੌਜਿਕ ਸਮਝਾਇਆ ਗਿਆ, ਇੱਕ ਤਾਂ ਬਾਲ ਮਨ ਨੇ, ਬਾਲ ਮਨਾਂ ਨੂੰ, ਬੱਚੀਆਂ ਨੂੰ, ਵੱਡਿਆਂ ਨੂੰ ਇਹ ਸਿੱਖਿਆ ਦਿੱਤੀ ਗਈ ਹੈ ਕਿ ਜੇ ਤੁਸੀਂ ਆਪਣੇ ਪਰਿਵਾਰਕ ਰਿਸ਼ਤੇ ਖਤਮ ਕਰ ਲਓਗੇ, ਵੱਡੇ ਹੋ ਕੇ ਭਾਵੇਂ ਤੁਸੀਂ ਬਿੱਲਾ ਬਣੋ ਜਾਂ ਬਿੱਲੀ ਬਣੋ, ਖਾਸ ਕਰਕੇ ਮੁੰਡਿਆਂ ਨੂੰ, ਕਿ ਉਹ ਜੇ ਤੁਸੀਂ ਜ਼ਿੰਮੇਵਾਰੀ ਛੱਡ ਕੇ ਕਿਸੇ ਹੋਰ ਚੱਕਰਾਂ 'ਚ ਪੈ ਕੇ ਬਾਹਰ ਘਰ ਵਸਾਓਗੇ, ਬਗਾਨੀ ਖੁਰਲੀ ਦੇ ਪੱਠੇ ਖਾਓਗੇ ਜਾਂ ਗੁੜ ਚੋਰੀ ਦਾ ਖਾਓਗੇ, ਸ਼ਹਿਰ ਜਾ ਕੇ ਕਿਸੇ ਹੋਰ ਦੇ ਚੱਕਰਾਂ 'ਚ ਪਾਓਗੇ, ਤਾਂ ਤੁਹਾਡਾ ਜਿਹੜਾ ਮੁਸਤਕਬਿਲ ਹੈ, ਤੁਹਾਡੇ ਜਿਹੜੇ ਬੱਚੇ ਨੇ, ਉਹ ਖਤਰੇ 'ਚ ਪੈ ਸਕਦੇ ਨੇ। ਉਹ ਮਾਸੂਮ ਹੁੰਦਾ ਹੀ ਹੈ ਜਦੋਂ ਬੰਦਾ ਘਰ ਵਾਲੀ ਨੂੰ ਛੱਡ ਕੇ ਤੁਰ ਜਾਂਦਾ ਹੈ, ਅਤੇ ਘਰ ਵਾਲੀ ਨੂੰ ਫਿਰ ਉਹ ਜਿਹਦੀ ਪਿੱਠ ਨਹੀਂ ਵੇਖਣੀ ਅਤੇ ਉਹਦਾ ਮੂੰਹ ਵੀ ਵੇਖਣਾ ਪੈਂਦਾ, ਉਹ ਕਿਵੇਂ ਕਿਵੇਂ ਕਰਕੇ ਆਪਣੇ ਨਿਆਣੇ ਪਾਲਦੀ ਹੈ, ਅਤੇ ਫਿਰ ਉਸ ਇਕੱਲੀਕਾਰੀ ਬਿੱਲੀ ਹੈ ਭਾਵੇਂ ਉਹ ਔਰਤ ਹੈ, ਉਹ ਲੋਕਾਂ ਦੇ ਰਹਿਮੋ ਕਰਮ 'ਤੇ ਜਿਉਂਦੀ ਹੈ। ਕਿਉਂਕਿ ਪੰਛੀ ਜਿਹੜੇ ਨੇ ਨਾ, ਉਹ ਛੇਤੀ ਕਿਤਿਆਂ ਜੋੜਾ ਨਹੀਂ ਤੋੜਦੇ। ਆ ਕਬੂਤਰ ਹੈ, ਹੋਰ ਕਈ ਨਸਲਾਂ ਨੇ, ਉਹ ਇੱਕ ਨਾਲ ਜਿਹਦੇ ਨਾਲ ਜੋੜਾ ਬਣਾ ਲਿਆ, ਸਾਰੀ ਉਮਰ ਉਹਦੇ ਨਾਲ ਵਫ਼ਾਦਾਰ ਰਹਿੰਦੇ ਨੇ, ਇੱਕ ਦੇ ਖਤਮ ਹੋਣ ਤੋਂ ਬਾਅਦ ਦੂਸਰਾ ਉਹ ਜੋੜਾ ਨਹੀਂ ਬਣਾਉਂਦੇ, ਜਲਦੀ ਮਰ ਜਾਂਦੇ ਨੇ। ਇੰਨੀ ਵਫ਼ਾ ਪੰਛੀਆਂ, ਜਾਨਵਰਾਂ, ਜਨੌਰਾਂ 'ਚ ਵੀ ਹੈ, ਬਹੁਤਿਆਂ 'ਚ। ਹੁਣ ਜਦੋਂ ਉਹ ਹੁਣ ਘਰ ਦਾ ਕੰਮ ਕਰੇ ਜਾਂ ਬੱਚਿਆਂ ਲਈ ਖਾਣਾ ਲੈ ਕੇ ਆਵੇ, ਬਾਹਰ ਜਾਵੇ ਤਾਂ ਘਰੇ ਖਤਰਾ, ਆਟੇ ਦੇ ਦੀਵੇ ਵਾਲੀ ਸਥਿਤੀ ਉਹਨਾਂ ਦੀ ਹੋ ਜਾਂਦੀ ਹੈ, ਬਾਹਰ ਵੀ ਖਤਰਾ, ਅੰਦਰ ਵੀ ਖਤਰਾ। ਦੂਸਰਾ ਇਹ ਕਿ ਜੇ ਦੁਸ਼ਮਣ ਤੁਹਾਡਾ ਡਾਢਾ, ਅਤੇ ਉਸ ਨਾਲ ਕਿਤੇ ਨਾ ਕਿਤੇ ਫਿਰ ਉਹ ਚਾਲ ਦੇ ਵਿੱਚ ਹੀ ਤੁਸੀਂ ਉਹਨੂੰ ਖਤਮ ਕਰ ਸਕਦੇ ਹੋ, ਜ਼ੋਰ ਅਜਮਾਇਸ਼ ਦੇ ਵਿੱਚ ਨਹੀਂ। ਜਿਵੇਂ ਗਿੱਦੜ, ਕਿਉਂਕਿ ਬਿੱਲੀ ਨਾਲੋਂ ਸ਼ਕਤੀਸ਼ਾਲੀ ਹੈ, ਉਸਨੂੰ ਚਲਾਕੀ ਨਾਲ ਹੀ ਦੁਸ਼ਮਣ ਨੂੰ ਖਤਮ ਕੀਤਾ ਜਾ ਸਕਦਾ, ਨਹੀਂ ਤਾਂ ਉਹ ਤੁਹਾਨੂੰ ਨਿਗਲ ਜਾਏਗਾ। ਸੋ ਇਸ ਤਰ੍ਹਾਂ ਦੀ ਇੱਕ ਭਾਵੁਕ ਸਿੱਖਿਆ ਇਸ ਕਹਾਣੀ ਦੇ ਵਿੱਚ ਇਸ ਤਰੀਕੇ ਨਾਲ ਸਮਝਾਈ ਗਈ, ਕਿਉਂਕਿ ਬੱਚੇ ਬਿੱਲੀਆਂ ਨੂੰ ਬਹੁਤ ਪਿਆਰ ਕਰਦੇ ਨੇ, ਬਲੂੰਗੜਿਆਂ ਨੂੰ ਬਹੁਤ ਪਿਆਰ ਕਰਦੇ ਨੇ, ਜਾਨਵਰ ਨੂੰ, ਪੈਟ ਨੂੰ ਬਹੁਤ ਪਿਆਰ ਕਰਦੇ ਨੇ। ਸੋ ਉਸ ਦੇ ਵਿੱਚੋਂ ਇਹ ਚੀਜ਼ਾਂ ਨਿਕਲਦੀਆਂ ਨੇ ਕਿ ਕਿਵੇਂ ਇਹਨਾਂ ਲੋਕ ਕਹਾਣੀਆਂ ਦੇ ਰਾਹੀਂ ਸਿੱਖਿਆ ਦਿੱਤੀ ਗਈ ਸੀ। ਸੋ ਇਹ ਸੀ ਲੋਕ ਕਹਾਣੀ ਜਿਹੜੀ ਸਾਡੇ ਸੱਭਿਆਚਾਰ ਦੀ, ਉਹਨਾਂ ਵਕਤਾਂ ਦੀ, ਅਤੇ ਇੱਕ ਐਥਿਕਸ ਵਾਲੀ ਅਤੇ ਇੱਕ ਨੈਤਿਕਤਾ ਵਾਲੀ ਜ਼ਿੰਦਗੀ ਦੀ ਇੱਕ ਨੀਤੀ ਕਥਾ ਆ। ਸੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30, ਅਤੇ ਸ਼ਾਮੀ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ। ਅਤੇ ਤੁਸੀਂ ਆਪਣੇ ਇਹਨਾਂ ਪ੍ਰੋਗਰਾਮਾਂ ਨੂੰ ਟਿਵਾਣਾ ਰੇਡੀ ਦੇ ਯੂਟਿਊਬ ਪੇਜ 'ਤੇ ਲਾਈਵ ਸੁਣਦੇ ਹੋ। ਸੋ ਇਸ ਯੂਟਿਊਬ ਪ੍ਰੋਗਰਾਮ ਦਾ ਲਿੰਕ, ਕੁਛ ਆਪਣੇ ਵੀਡੀਓਜ਼ ਹੁੰਦੇ ਨੇ ਉਹਨਾਂ ਦੇ ਲਿੰਕ, ਤੁਸੀਂ ਆਪਣੇ ਵਟਸਐਪ ਗਰੁੱਪ ਨੰਬਰ 9876630955 'ਤੇ ਮੰਗਵਾ ਸਕਦੇ ਹੋ। 9876309655 ਇਸੇ ਨੰਬਰ 'ਤੇ ਪ੍ਰੋਗਰਾਮ 'ਚ ਕਾਲ ਵੀ ਕਰ ਸਕਦੇ ਹੋ।